ਸਲਾਮੁਅਲੈਕੁਮ ਕੀ ਹਾਲ ਚਾਲ ਹੈ ਜੀ ਕਿੱਦਾਂ ਸਭ ਵਧੀਆ ਹਰ ਤਰ੍ਹਾਂ ਖਰੀਅਤ ਹੈ ਜੀ ਲਓ ਜੀ ਅੱਜ ਇੱਕ ਨਵੀਂ ਕਾਲ ਅ ਥੋੜਾ ਜਿਹਾ ਹਟਕੇ ਆਈਡੀਆ ਅ ਕਾਫੀ ਸਾਰਾ ਹਟਕੇ ਆਈਡੀਆ ਹੈ ਤੇ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਤੇ ਪਹਿਲੇ ਮੇਰੀਆਂ ਕਾਲਾਂ ਤੁਸੀਂ ਪਸੰਦ ਕਰਦੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਬਹੁਤ-ਬਹੁਤ ਸ਼ੁਕਰੀਆ ਉਹਨਾਂ ਸਾਰੇ ਦੋਸਤਾਂ ਦਾ ਜਿਹੜੇ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਨੇ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਇਹਨੂੰ ਜ਼ਰੂਰ ਦਬਾਓ ਤੇ ਆ ਮੇਰਾ ਤੁਹਾਨੂੰ ਫੇਸਬੁੱਕ ਪੇਜ ਨਜ਼ਰ ਆ ਰਿਹਾ ਇਹਨੂੰ ਵੀ ਲਾਈਕ ਕਰੋ ਬਹੁਤ-ਬਹੁਤ ਸ਼ੁਕਰੀਆ ਤੇ ਮੈਂ ਕਾਲ ਮੁਲਾਉਣ ਜਾ ਰਿਹਾ ਹਾਂ ਹੈਲੋ ਹੈਲੋ ਅਸਲਾਮੁਆਲੇਕਮ ਜੀ ਵਾਲੇਕੁਮ ਸਲਾਮ ਮੈਂ ਰਾਣਾ ਇਜਾਜ਼ ਗੱਲ ਕਰਦਾ ਰਾਣਾ ਇਜਾਜ਼ਾ ਸਾਹਿਬ ਜੀ ਤੇ ਗੱਡੀ ਸਰਵਿਸ ਕਰਾਉਣੀ ਸੀ ਤੁਹਾਡੇ ਕੋਲ ਗੱਡੀ ਸਰਵਿਸ ਕਰਾਉਣੀ ਕਰ ਦਿੰਨੇ ਬਾਜੀ ਤੇ ਕਿੰਨੇ ਵਜੇ ਆਪਣਾ ਸਰਵਿਸ ਸਟੇਸ਼ਨ ਖੁੱਲ ਜਾਂਦਾ 9 ਵਜੇ ਖੁੱਲ ਜਾਂਦਾ ਵਾ ਬਾਜੀ ਤੁਸੀਂ ਇੱਥੇ ਕੰਮ ਕਰਦੇ ਹੋ ਜਾਂ ਮਾਲਕ ਹੋ ਇੱਥੇ ਦੇ ਸੀ ਕੰਮ ਹੀ ਕਰਦੇ ਆ ਉਥੇ ਅੱਛਾ ਐਂਡਓਵਰ ਸਾਰਾ ਸਾਡਾ ਹੀ ਆ ਠੀਕ ਆ ਠੀਕ ਤੇ ਗੱਡੀ ਆਪਾਂ ਧੋਣੀ ਐ ਕੋਈ ਗੱਲ ਨਹੀਂ ਭਾਜੀ ਲੈ ਆਓ ਤੇ ਆਪਾਂ ਵਾਸ਼ ਨਹੀਂ ਕਰਾਉਣੀ ਵਾਸ਼ ਤੇ ਆਪਾਂ ਫੁੱਲ ਸਰਵਿਸ ਕਰਾਉਣੀ ਐ ਅੱਛਾ ਅੱਛਾ ਫੁੱਲ ਸਰਵਿਸ ਕਰਾਉਣੀ ਕੋਈ ਗੱਲ ਨਹੀਂ ਭਾਜੀ ਜਦੋਂ ਮਰਜ਼ੀ ਲਿਆ ਉਹ ਕਰ ਦਾਂਗੇ ਹਾਂਜੀ ਤੇ ਪਾਣੀ ਕਿਹੜਾ ਕਿਹੜਾ ਨਾਲ ਗੱਡੀਆਂ ਧੋਂਦੇ ਹੋ ਪਾਣੀ ਕਿਹੜਾ ਪੰਪ ਦਾ ਹੀ ਹੁੰਦਾ ਵਾ ਜ਼ਮੀਨ ਦਾ ਪਾਣੀ ਨਹੀਂ ਨਹੀਂ ਹਾਂਜੀ ਤੁਸੀਂ ਸਾਡੀ ਗੱਡੀ ਜਿਹੜੀ ਹੈ ਨਾ ਜੀ ਹਾਂਜੀ ਉਹ ਧੋਣੀ ਹੈ ਮਿਨਰਲ ਵਾਟਰ ਨਾਲ ਮਿਨਰਲ ਵਾਟਰ ਨਾਲ ਧੋਣੀ ਹੈ ਭਾਜੀ ਹਾਂਜੀ ਇਹ ਮੈਂ ਇਹਦਾ ਖਰਚਾ ਫਿਰ ਤੁਸੀਂ ਆਪ ਹੀ ਭਰਨਾ ਵਾ ਜੀ ਅਸੀਂ ਧੋ ਦਵਾਂਗੇ ਹਾਂ ਮਿਨਰਲ ਵਾਟਰ ਲਿਆ ਕੇ ਧੋਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਪਾਣੀ ਨੂੰ ਪਾਣੀ ਨੂੰ ਪਕਾਉਣਾ ਵਾ ਉਹ ਮਿਨਰਲ ਵਾਟਰ ਨੂੰ ਲਿਆ ਕੇ ਹਾਂਜੀ ਉਹ ਕਾਦੇ ਵਾਸਤੇ ਭਾਜੀ ਓ ਜਰਾ ਸੀਮ ਜਰੂਰ ਸੇ ਬਣਾਣਾ ਰਵੇ ਕੋਈ ਸੋ ਮੇਰਾ ਖਿਆਲ ਤੁਸੀਂ ਕੋਈ ਡਾਕਟਰ ਸਾਹਿਬ ਹੋ ਹਾਂ ਬਸ ਐਵੇਂ ਕਰ ਲਈ ਯਾਰ ਚਲੋ ਜੀ ਜਿੱਦਾਂ ਕਹੋਗੇ ਕੋਈ ਗੱਲ ਨਹੀਂ ਕਰਦਾਂਗੇ ਹਾਂ ਤੇ ਕਿੰਨੇ ਬੰਦੇ ਨੇ ਆਪਣੇ ਕੋਲ 10 ਬੰਦੇ ਆ ਸਰਵਲ ਸਟੇਸ਼ਨ ਤੇ 10 ਹਾਂਜੀ ਅੱਛਾ ਇੰਜ ਕਰਨਾ ਹੈ ਗੱਲ ਸੁਣਦੇ ਪਏ ਹੋ ਹਾਂਜੀ ਹਾਂਜੀ ਬੋਲੋ ਹਾਜ਼ਰ ਹੋ ਭਾਜੀ ਮੈਂ ਸੁਣ ਰਿਹਾ ਟੈਡੀ ਗੱਲ ਹੀ ਸੁਣ ਰਿਹਾ ਇਸ ਤਰ੍ਹਾਂ ਕਿ ਜਿਹੜੇ ਬੰਦੇ ਨੇ ਮੇਰੀ ਗੱਡੀ ਧੋਣੀ ਹੈ ਨਾ ਹਾਂਜੀ ਉਸ ਬੰਦੇ ਨੂੰ ਪਹਿਲੇ ਤੁਸੀਂ ਲੈ ਕੇ ਜਾਣਾ ਹਮਾਮ ਤੇ ਕਾਦੇ ਵਾਸਤੇ ਪਹਿਲੇ ਦੀ ਕਟਿੰਗ ਸ਼ੇਵ ਕਰवानी ਹੈ ਨਾ ਤੁਸੀਂ ਜਿੰਨੇ ਗੱਡੀ ਧੋਣੀ ਹਾਂਜੀ ਤੇ ਤੁਸੀਂ WhatsApp ਕਾਲ ਮਿਲਾਨੀ ਹੈ ਕਿਨੂੰ ਮੈਨੂੰ ਉਹ ਕਾਦੇ ਵਾਸਤੇ ਮੇਰੀ ਕਰਾਣੀ ਹੈ ਨਾਈ ਨਾ ਗੱਲ ਮੈਂ ਨਾਈ ਨੂੰ ਦੱਸਾਂਗਾ ਕਿ ਇਹਦੀ ਕਲਮਾ ਕਿੰਨੀਆਂ ਰੱਖਣੀਆਂ ਨੇ ਸਾਈਡਾਂ ਤੋਂ ਕਿੰਨੇ ਛੋਟੇ ਕਰਨੇ ਨੇ ਪਫ ਕੰਜ ਦਾ ਬਣਾਉਣਾ ਹਾ ਜੀ ਤੁਸੀਂ ਗੱਡੀ ਦਿਵਾ ਲਾਣਾ ਵਾ ਗੱਡੀ ਲੈ ਆਓ ਗੱਡੀ ਧੋਦਣ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਕੀ ਮੁੰਡੇ ਨੂੰ ਸੰਗਰ ਸਗਨਪੌੜ ਹੋਰ ਨੇ ਤੁਸੀਂ ਕਿ ਮੁੰਡੇ ਦੇ ਹੱਥੇ ਰੁਪਿਆ ਰੱਖਣਾ ਇਹ ਕਿਦਾਂ ਦੀਆਂ ਗੱਲਾਂ ਯਾਰ ਜੀਬ ਜੀ ਕਰੰਦੇ ਮੁੰਡੇ ਦੀ ਸਾਲਗਿਰਾ ਵਾ ਇਹ ਆ ਕਿ ਜਿਹੜੇ ਬੰਦੇ ਨੇ ਮੇਰੀ ਗੱਡੀ ਧੋਣੀ ਹੈ ਨਾ ਅੱਛਾ ਮੈਨੂੰ ਉਹਦੇ ਬਾਰੇ ਉਹ ਮੇਰਾ ਪਸੰਦੀਦਾ ਜਿਹਾ ਬੰਦਾ ਹੋਣਾ ਚਾਹੀਦਾ ਕਿਉਂਕਿ ਮੈਨੂੰ ਪਤਾ ਹੋਵੇ ਉਹਦੀ ਕਟਿੰਗ ਕੈਸੀ ਹੈ ਉਸ ਤੋਂ ਬਾਅਦ ਤੁਸੀਂ ਲੈ ਆਉਣਾ ਵਾਪਸ ਠੀਕ ਹੈ ਉਹਨੂੰ ਬਾਅਦ ਤੁਸੀਂ ਆ ਕੇ ਨਿਵਾਣਾ ਹੈ ਤੇ ਮੈਨੂੰ WhatsApp ਕਾਲ ਤੇ ਰਹਿਣਾ ਮੇਰ ਨਾਲ ਵੀਡੀਓ ਕਾਲ ਤੇ ਮੁੰਡੇ ਨੂੰ ਨਿਵਾਣਾ ਆ ਕੇ ਕਟਿੰਗ-ਕਟਿੰਗ ਉਹਦੀ ਕਰਾ ਕੇ ਹਾਲੇਕਿਨ ਜਿਹੜਾ ਸਾਬਣ ਲਾਉਣਾ ਹੈ ਜਿਹਨੇ ਸਾਬਣ ਲੈਣ ਸਟੋਰ ਤੇ ਜਾਣਾ ਹੈ ਨਾ ਹਾਂਜੀ ਉੱਥੇ ਮੈਨੂੰ ਜਾ ਕੇ ਦਿਖਾਉਣਾ ਮੈਂ ਜਿਹੜਾ ਸਾਬਣ ਕਹਾਂਗਾ ਉਹ ਲੈਣਾ ਹੈ ਨਹੀਂ ਨਹੀਂ ਸਾਬਣ ਆਪਣੇ ਕੋ ਚੰਗਾ ਹੁੰਦਾ ਸਾਬਣ ਨਹੀਂ 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 ਹਾਂ ਜਿਹੜਾ ਸਾਬਣ ਮੈਂ ਕਹਿਣਾ ਹੈ ਉਹ ਸਟੋਰ ਤੋਂ ਲੈਣਾ ਤੁਸੀਂ ਚਲੋ ਭਾਜੀ ਉਹ ਵੀ ਕਰ ਲਾਂਗੇ ਚਲੋ ਠੀਕ ਆ ਕੋਈ ਗੱਲ ਨਹੀਂ ਹਾਂ ਬਸ ਹੋਰ ਕੁਝ ਆਪਰ ਸੇ ਅਕੇ ਗੱਡੀ ਬਿਲਕੁਲ ਸਹੀ ਧੁਪਣੀ ਚਾਹੀਦੀ ਹੈ। ਧੋਦਾਂਗੇ। ਹਾਂਜੀ। ਲਿਸ਼ਕਾ ਮਾਰੇਗੀ ਗੱਡੀ। ਹਾਂਜੀ ਹਾਂਜੀ ਹਾਂਜੀ। ਕਿਹੜੀ ਗੱਡੀ ਕਿਹੜੀ ਆਪਣੇ ਕੋਲ? ਆਪਣੇ ਕੋਲ ਖੋਤਾ ਰੈਡੀ ਹੈ। ਕਿ ਕਿਹੜੀ ਗੱਡੀ ਹੈ ਆਪਣੇ ਕੋਲ? ਖੋਤਾ ਰੈਡੀ। ਖੋਤਾ ਰੈਡੀ ਆ? ਹਾਂਜੀ ਹਾਂਜੀ। ਉਹਦੇ ਵਾਸਤੇ ਆ ਮੁੰਡੇ ਦੀ ਕਟਿੰਗ ਕਰਾਉਣੀ ਆ ਮੁੰਡੇ ਨੂੰ। ਉਹਦੇ ਕਲਮਾ ਉਹਦੀ ਤੁਸੀਂ ਆਪ ਹੱਥੀ ਕਰਵਾਉਣੀ ਆ ਕਾਲ ਕਰਕੇ। ਤੇ ਸਾਬਣ ਵੀ ਮਰਜੀ ਦਾ ਢਿਆਡੀ ਦਾ ਹਾਂਜੀ 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 ਯਾਰ ਤੈਨੂੰ ਇਹਨਾਂ ਚੀਜ਼ਾਂ ਦਾ ਦਵਾ ਕਰੋ ਇਹਨਾਂ ਘਮਾਂ ਨੂੰ ਤੁਸੀਂ ਗੱਡੀ ਨਾਲੇ ਖੋਤਾ ਰੇੜੀ ਵੀ ਉਹ ਦਵਾਣੀ ਆ ਤੂੰ ਹਾਂਜੀ ਓ ਯਾਰ ਤੇਰਾ ਦਿਮਾਗ ਠੀਕ ਆ ਭਾਈ ਇਹ ਆ ਕਿ ਅਸੀਂ ਉਹਦੇ ਗੱਡੀਆਂ ਧੋਨੇ ਆ ਕਾਰਾਂ ਨਹੀਂ ਆ ਮੈਂ ਸਾਡੇ ਕੋਲ ਹਾਂ ਹਾਂ ਬਿਲਕੁਲ ਸਹੀ ਐ ਇਹ ਆ ਕਿ ਖੋਤੇ ਨੂੰ ਜਿਹੜਾ ਤੁਸੀਂ ਉਹ ਤਾਂ ਨਹੀਂ ਚੁੱਕਦੇ ਹੁੰਦੇ ਗੱਡੀ ਨੂੰ ਹਾਂ ਇੰਜ ਖੋਤੇ ਨੂੰ ਥੱਲੇ ਢਿੱਡ ਦੇ ਉੱਤੇ ਰੱਖ ਕੇ ਨਾ ਉਹ ਡੰਡਾ ਜਾ ਤਾ ਨੂੰ ਚੁੱਕ ਦੇਣਾ ਕਾਦੇ ਵਾਸਤੇ ਮਤਲਬ ਕਿ ਅੱਛੇ ਤਰੀਕੇ ਨਾਲ ਤੋੜਨਾ ਨਾ ਕੋਤਾ ਵੀ ਵਿਚੇ ਹੀ ਤੋੜਾ ਵਾ ਹਾਂਜੀ ਹਾਂਜੀ ਚਲ ਰੇੜੀ ਦਾ ਕਿਤੇ ਹੋਇਆ ਤੇਰੀ ਵੀ ਕਿਤੇ ਸਾਈਡ ਤੇ ਲਿਆ ਕੇ ਪਿੱਛੇ ਤੇਰੀ ਧੋ ਦਵਾਂਗੇ ਪਾਣੀ ਪੂੜੀ ਮਾਰ ਦਾਂਗੇ ਉਹਦੇ ਤੇ ਕੋਤੇ ਨੂੰ ਤੂੰ ਆਪਣੇ ਘਰ ਹੀ ਨਵਾ ਭਾਈ ਇਹ ਤੇ ਕੋਤੇ ਰਵੋਨੇ ਅਸੀਂ ਇਹ ਆ ਕਿ ਜ਼ਰਾ ਅੱਛੇ ਤਰੀਕੇ ਨਾਲ ਅੱਛਾ ਜਿਹਾ ਜਿਹਾ ਪੂਸ਼ਲ ਹੈ ਨਾ ਪੂਸ਼ਲ ਹਾਂ ਕੋਤੇ ਦੀ ਕੋਦੀ ਮੈਂ ਕਟਿੰਗ ਬਹੁਤ ਅੱਛੀ ਕਰਾਈ ਹੋਈ ਹੈ ਅੱਛਾ ਧੋਣ ਲੱਗਿਆ ਨਾ ਕਪੜਾ-ਕਪੜਾ ਮਾਰਨ ਲੱਗਿਆ ਉਹਦਾ ਵਾਲ ਨਾ ਪੁੱਟੇ ਜਾਵੇ ਕਿਉਂ ਜੀ ਫਿਰ ਕੀ ਹੋ ਜਾਂਦਾ ਕੋਈ ਰੋਏਗਾ ਹੋਰ ਕੀ ਕਰੇਗਾ ਬੱਚਾ ਰੋਣਾ ਹੀ ਆ ਹੋਰ ਉਹਨੇ ਜੱਫੀ ਪੋੜੀ ਆ ਵੀ ਉਹਨੇ ਜੁੱਮੀ ਲਾ ਲੈਣੀ ਆ ਔਰ ਰੋਣਾ ਹੀ ਆ ਜਦੋਂ ਉਹਦੇ ਵਾਲ ਵੱਡੇ ਜਾਣੇ ਆ ਤੂੰ ਖੋਤੇ ਨੂੰ ਘਰ ਹੀ ਰੱਖ ਰੇੜੀ ਭੇਜ ਦੇ ਆਇਆ ਕਿ ਬਾਅਦ ਦੇ ਵਿੱਚ ਇਹਦੇ ਇਹ ਆ ਕਿ ਨੋਂ ਨਹਾ ਕੇ ਹਾਂ ਇਹਦੇ ਨਖੂਨ ਅੱਛੇ ਤਰੀਕੇ ਨਾਲ ਬਣਾ ਦੇਣਾ ਜਰਾ ਨੋਂ ਤਰਾਸ਼ ਦੇਣਾ ਹਾਂ ਠੀਕ ਹੈ ਨਾ ਜੀ ਪੋਤੇ ਦੇ ਹਾਂਜੀ ਹਾਂਜੀ ਉਹ ਸਾਲਾ ਵਾ ਮੇਰਾ ਹਾਂ ਵੀ ਸਾਡੇ ਨਾਲ ਉਹਨਾਂ ਦੀ ਮੰਗਣੀ ਹੋਈ ਐ ਖੋਤੇ ਦੀ ਰਿਸ਼ਤੇਦਾਰਾ ਖੋਤਾ ਦੁਬਈਆਂ ਆਇਆ ਮ ਖੋਤਾ ਉਹਦੇ ਦੇਰ ਰੱਖਣ ਲਈ ਆਣਾ ਤੂੰ ਖੋਤੇ ਦੇ ਅਜੀਬ ਬੰਦਾ ਯਾਰ ਕੰਨਾ ਕੁੰਨਾ ਚੋਂ ਮੈਲ ਤੇਰਾ ਅੱਛੇ ਤਰੀਕੇ ਨਾਲ ਕੱਢ ਦੇਣਾ ਉਹ ਖੋਤੇ ਦੀ ਸਾਲਗिरा ਵਾ ਐਨਾ ਤਿਆਰ ਕਰਾਈ ਜਾਣਾ ਇਹ ਕਿ ਸਿਆਣੇ ਭੈਣੇ ਬੰਦੇ ਲੱਗਦੇ ਹੋ ਬੁਰਸ਼ ਨੂੰ ਨਾ ਜਿਹੜਾ ਟੁੱਥ ਬੁਰਸ਼ ਹੁੰਦਾ ਦੰਦ ਸਾਫ਼ ਕਰਨ ਵਾਲਾ ਓਏ ਔੜੀ ਔਲੋ ਚੱਲਣਾ ਉਹ ਤੇ ਕੱਪੜੇ ਧੋਣ ਵਾਲਾ ਮਾਰਨਾ ਪੈਣਾ ਉਹਦੇ ਦੰਦਾਂ ਦੇ ਇੱਕ ਤੇਰੇ ਵੀ ਸਿਰ 'ਚ ਮਾਰਨਾ ਪੈਣਾ ਬੁਰਸ਼ ਕਰਾਦੀ ਏ ਕੋਤੇ ਨੂੰ ਕੋਤਾ ਤੇਰਾ ਪਾਲ ਖਾਂਦਾ ਨਾ ਲਾੜਾ ਨਾ ਹੋਵੇ ਤੇ ਈ ਸਵੇਰ ਸਵੇਰ ਕਹਿੋ ਜੀ ਬੰਦਾ ਟੱਕਰ ਗਿਆ ਆਇਆ ਕਿ ਖੋਤਾ ਲਿਸ਼ਕਾ ਮਾਰੇ ਜੀ ਖੋਤਾ ਹੁਣ ਕੀ ਲੈਕਰ ਥিনার ਪਾ ਦਵਾ ਤੇਰੇ ਖੋਤੇ ਦੇ ਗੰਦ ਦੇ ਨਾਲ ਚਮਕ ਲਾ ਦਵਾ ਤੇਰੇ ਖੋਤੇ ਨੂੰ ਤਿਆਰੀ ਲਾ ਦਵਾ ਹੈ ਆਇਆ ਕਿ ਜਿਹੜੇ 30 40 ਰੁਪਏ ਬਣਦੇ ਹੋਣਗੇ ਲੈ ਲੈਣਾ ਮੇਰੇ ਕੋਲ ਹਾਂ 30 40 ਰੁਪਏ ਬਣਦੇ ਹੁਣ ਆ ਜਿੰਨਾ ਕੁਛ ਤੂੰ ਮੁੰਡੇ ਦਾ ਕਰਾਉਂਦੇ ਆ ਨਾ 17 1800 ਰੁਪਏ ਦਾ ਮੁੰਡੇ ਤੇ ਲੱਗਣਦੇ ਆ ਉਹਦੀ ਕਟਿੰਗ ਕਰਾਉਣੀ ਆ ਉਹਦੀ ਕਲਮਾ ਕਰਾਉਣੀ ਆ ਉਹਦੇ ਵਾਸਤੇ ਸਾਫੜ ਲੈਣਾ ਆਇਆ ਕਿ ਪੈਸੇ ਅਸੀਂ ਇਦਾਂ ਦੇ ਬੰਦੇ ਨਹੀਂ ਹੈਗੇ ਜਿਹੜੇ ਤੁਹਾਡੇ 30 35 ਬਣੇ ਨਗਦ ਦੇ ਕੇ ਜਾਣ। ਤੁਹਾਨੂੰ ਚਾਹੀਦਾ ਹੀ ਨਹੀਂ ਨਗਦ ਤੇਰੇ 30 35 ਰੁਪਏ ਤੂੰ ਕੋਲ ਰੱਖ। ਤੂੰ ਤਾਂ 10 ਰੁਪਏ ਨਾਲ ਸਰਫ ਲੈ ਕੇ ਆ। ਆਪ ਇਹ ਨਵਾਏ ਨੂੰ ਨਲਕੇ ਤੇ ਬਾਲਟੀ ਰੱਖ ਕੇ ਕੋਲ ਡੱਬਾ ਰੱਖ। ਕੋਲ ਸੋਟਾ ਰੱਖ। ਇਹ ਆ ਕੇ ਬਿਹੇਵ ਜ਼ਰਾ ਖੋਤੇ ਨਾ ਅੱਛਾ ਕਰਨਾ ਤਾਂ ਕਿ ਬਾਅਦ ਵਿੱਚ ਮੈਨੂੰ ਕਵੇ ਕਿ ਭਾਈ ਜਾਨ ਮੈਂ ਉੱਥੇ ਹੀ ਜਾਣਾ। ਖੋਤਾ ਜਵਾਈ ਆ ਸਾਡਾ। ਕੁੜਾ ਮੈਂ ਮੇਰਾ ਖੋਤਾ। ਉਹਦੇ ਨਾਲ ਮੈਂ ਕੀ ਬਿਹੇਵ ਕਰਾਂ? ਕਈ ਬਗਾਲਮ ਖੋਤੇ ਵਾਸਤੇ ਇਹ ਖੋਤਾ ادب ਕਰਨਾ ਆਉਂਦਾ ਬੇ ਬੱਚਾ ਲੈ ਆ ਰੈਡ ਬੂਲ ਪੁਲਾ ਦੇ ਤੇਰੇ ਖੋਤੇ ਨੂੰ ਬੋਤਲ ਪੁਲਾ ਦੇਣਾ ਉਹਨੂੰ ਬੇਵ ਚੰਗਾ ਕਰਨਾ ਖੋਤੇ ਨਾਲ ਤੇ ਇਹ ਆ ਕਿ ਅੱਜ ਤੁਸੀਂ ਇੱਕ ਖੋਤਾ ਸਹੀ ਨੂੰ ਆਉਗੇ ਤਾਂ ਕੱਲ ਨੂੰ ਹੋਰ ਖੋਤੇ ਵੀ ਆਉਣਗੇ ਓਏ ਕਿਸੇ ਖੋ ਮੇਰੇ ਮੂੰਹ ਕੋਈ ਸੋਣਨਾ ਲਈ ਓ ਹੋਰ ਵੀ ਖੋਤੇ ਉੜ ਗਏ ਕੋਦੀਏ ਟੋਯੋਟਾ ਕਰੋਲਾ ਤੂੰ ਲੈ ਕੇ ਆ ਰਿਹਾ ਨਵੀਂ ਗੱਡੀ ਖੋਤਾ ਕਰੋਲਾ ਅਸੀਂ ਤਾਂ ਗੱਡੀਆਂ ਦਵਾਉਂਦੇ ਆ ਜਾਨਵਰ ਕੁੱਤੇ ਨਹੀਂ ਨਵਾਉਂਦੇ ਖੋਤੇ ਨਹੀਂ ਨਵਾਜਦੇ ਆਪਣਾ ਇਲਾਜ ਕਰਾ ਤੇਰੇ ਦਿਮਾਗ 'ਚ ਕੋਈ ਚੀਜ਼ ਵੱਜੀ ਆ ਆਏ ਆ ਕਿ ਸਵੇਰ ਦੇ ਨੇ ਪੱਠੇ ਖਾਦੇ ਹੋਏ ਨੇ ਅੱਛਾ ਤੇ ਇੱਧਰ ਉੱਧਰ ਨਹੀਂ ਗਿਆ ਖੋਤਾ ਹਾਂਜੀ ਅੱਛਾ ਤੇ ਜਰਾ ਕੁ ਲੈਦਲੂਦਲਾ ਮਾਮਲਾ ਹੋਵੇ ਤਾਂ ਸੰਭ ਲੈਣਾ ਫੇਰ ਤੇ ਤੂੰ ਇਹਨੂੰ ਪੈਂਪਰ ਲਵਾ ਕੇ ਲੈ ਆਈਏ ਖੋਤੇ ਨੂੰ ਇਹ ਤਾਂ ਕੱਲ ਨੂੰ ਲੈ ਆ ਇਹਨੂੰ ਨਿਹਾਰ ਗੜ ਜਲਿਆ ਭੁਖਾਈ ਕੋਦਰੂ ਨੂੰ ਕੋਈ ਹਲਕਾ ਜਾਂ ਲਾਈਟ ਜਾਂ ਰਾਸਤਾ ਕਰਾ ਲਿਆ ਬਾਜ ਖਵਾਉਂਦਾ ਫਿਰੀ ਜੋ ਮਰਜੀ ਇਹ ਆ ਕੇ ਅਕਸਰ ਮੈਂ ਵਖਿਆ ਕਿ ਜਿਲ੍ਹੇ ਸੇ ਨੂੰ ਨਾਉਨੇ ਨਾ ਜੀ ਇਹ ਰੋਂਦਾ ਤੇ ਮੁੰਡੇ ਨੂੰ ਹੋਣ ਕੇ ਤੇ ਤੁਸੀਂ ਇਹਦੇ ਕੋਲ ਖੜੇ ਕੰਨ ਚ ਗੱਲਾਂ ਗੁੱਲਾਂ ਕਰਦੇ ਰਹਿਣਾ ਦਰ ਆਰੇ ਨਗਾ ਰਹੇਗਾ ਕੰਨ ਚ ਕਿਹੜੀਆਂ ਗੱਲਾਂ ਕਰਾਂ ਵੀ ਮੇਰਾ 7ਵਾਂ ਦਾ ਫਰੈਂਡ ਆ ਇਹ ਗੁਵਾਚਿਆ ਮਿਲਿਆ ਮੈਨੂੰ ਬੜੀ ਧੀਰ ਬਾਅਦ ਇਦਾਂ ਨਾ ਮੈਂ ਗੱਲਾਂ ਵੀ ਕਰਾਂ ਜੈਸੀ ਗੱਲ ਕਰਦਾ ਹੇ ਪਾਲਿਸ਼ ਜ਼ਰਾ ਮਾਰ ਦੇਣਾ ਅੱਛੇ ਤਰੀਕੇ ਨਾਲ ਪਾਲਿਸ਼ ਇਹ ਦੂ ਮੈਂ ਕਿਹੜੀ ਪਾਲਿਸ਼ ਮਾਰਦਾ ਵਾ ਓਏ ਕਿਹੜੀ ਪਾਲਿਸ਼ ਮਾਰਦਾ ਤੇਰਾ ਖੋਤਾ ਫੁੱੜ ਗਿਆ ਨਾ ਤੇਰਾ ਉਹ ਕੈਮੀਕਲ ਹੁੰਦਾ ਦੀ ਨਾਸਾ ਚ ਵੜ ਗਿਆ ਤੇਰਾ ਖੋਤਾ ਤੇਰਾ ਥਾ ਤੇ ਮਰ ਜਾਣਾ ਨਾਸਾ ਤੋਂ ਮੈਨੂੰ ਯਾਦ ਆਇਆ ਕਿ ਜਿੱਦੇ ਤੁਸੀਂ ਇਹਨੂੰ ਸਾਬਣ ਸਾਬਣ ਲਾਣਾ ਇਹਨਾਂ ਤੇ ਅੱਖਾਂ ਚ ਨਾ ਪਾਵੇ ਰੋਂਦਾ ਹੈ ਫਿਰ ਅੱਛਾ ਕੀ ਗੱਲ ਅੱਖਾਂ ਬੜਵਾਈਆਂ ਖੋਤੇ ਦੀਆਂ ਖਾਜਣਾ ਪਾਵੇ ਇੱਕ ਅੱਖ ਦੇ ਦੇ ਹਰੇ ਰਗ ਦੀ ਪੱਟੀ ਬਣੀ ਹੋਈ ਆ ਉਹਨੂੰ ਐਵੇਂ ਖਲਵਾ ਕੇ ਲਿਆਈ ਖੋਤੇ ਨੂੰ ਰੋਂਦਾ ਘੋਤਾ ਹੋਰ ਤੈਨੂੰ ਹਾਸ ਹਾਸ ਕੇ ਤੇਰੇ ਨਾਲ ਗੱਲਾਂ ਕਰੇ ਮੈਨੂੰ ਤੁਹਾਡੀ ਗੁਫ਼ਤਗੂ ਤੋਂ ਅੰਦਾਜ਼ਾ ਆ ਰਿਹਾ ਕਿ ਤੁਹਾਡੀ ਤੇ ਸਾਡੀ ਖੋਤੇ ਦੀ ਯਾਰੀ ਹੋ ਜਾਣੀ ਹੈ ਸਾਡੀ ਸਾਡੀ ਤੇ ਸਾਡੀ ਖੋਤੇ ਦੀ ਯਾਰੀ ਕੀ ਗੱਲ ਮੈਂ ਬਲੀੜ ਖੇਡੜੀ ਆ ਖੋਤੇ ਨਾਲ ਐਡੀ ਤਾਂ ਯਾਰੀ ਮੈਂ ਪਾੜੀ ਹੀ ਨਹੀਂ ਤੇਰੇ ਖੋਤੇ ਨਾਲ ਮੈਂ ਤੈਨੂੰ ਨਹੀਂ ਜਾਣਦਾ ਤੂੰ ਕੌਣ ਹੈ ਬੜੇ ਤੁਸੀਂ ਯਾਰ ਦੋਸਤ ਬਣਾਉਣ ਵਾਲੇ ਲੋਕ ਲੱਗਦੇ ਹੋ ਹਾਂਜੀ ਇਨਸਾਨ ਖੋਤੇ ਨਹੀਂ ਖੋਤੇ ਆ ਉਹ ਚਬੜਾ ਗੱਜ਼ੀ ਅੱچھے ਲੋਕ ਜਿਹੜੇ ਦੁਨੀਆ 'ਚ ਮੌਜੂਦ ਨੇ ਹਾਂ ਉਹਨਾਂ ਨੇ ਖੋਤੇ ਰੱਖੇ ਆ ਸਰਵਸ ਸਟੇਸ਼ਨਾਂ ਤੇ ਜਾ ਕੇ ਹਲਾ ਐਡਾ ਖੋਤਾ ਤੇਰੇ ਮਾਮੇ ਦਾ ਮੁੰਡਾ ਵਾ ਜਿਹੜਾ ਨੂੰ ਸਰਵਸ ਸਟੇਸ਼ਨ ਤੇ ਲਿਆਉਣ ਦੇ ਉਹਨੂੰ ਨਹਿਰ ਤੇ ਲੈ ਕੇ ਜਾ ਮੈਂ ਫਿਰ ਹੁਣ ਮੁੰਡਾ ਸਵੇਰੇ ਭੇਜਾਂਗਾ ਖੋਤੇ ਸੁਮੇਦ ਤੇ ਖੋਤਾ ਨੂੰ ਆਦੇਓ ਅੱਛਾ ਹਾਂਜੀ ਤੇ 30 ਰੁਪਏ ਦੱਸੇ ਤੁਸੀਂ ਮੈਂ ਤੋ ਨਈ ਨਹੀਂ ਖੋਤੇ ਓਏ ਓ ਕਿਸਕ ਚੰਗਾ ਜੀ ਚੰਗਾ ਜਾ ਜਾ ਕੇ ਦਾ ਡੈਰ ਚ ਜਾ ਕੇ ਖੋਦੇ ਦੀ ਨਿਸ਼ਾਲ ਪਰਵਾ ਆਪ ਵੀ ਨਾਲ ਝਾਲ ਮਾਰ